ਗੰਨੇ ਦੀ ਅਦਾਇਗੀ ਨਾ ਮਿਲਣ ਦੇ ਰੋਸ ਵਜੋਂ ਅੱਜ ਇਲਾਕਾ ਭਵਾਨੀਗੜ੍ਹ ਵਿਖੇ ਵੱਖ ਵੱਖ ਪਿੰਡਾਂ ਦੇ ਦੌਰਿਆਂ 'ਤੇ ਆਏ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਉਮੀਦਵਾਰ ਕੇਵਲ ਢਿੱਲੋਂ ਦਾ ਵਿਰੋਧ ਕਰਨ ਜਾਂਦੇ ਅਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਜਾਂਦੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਰੋਕ ਲਿਆ। ਗੁੱਸੇ ਵਿੱਚ ਆਏ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤੀ। ਇਸ ਮੌਕੇ ਕਿਸਾਨਾਂ ਨੇ ਆਖਿਆ ਕਿ ਅਗਰ ਗੰਨੇ ਦੀ ਅਦਾਇਗੀ ਨਾ ਹੋਈ ਤਾਂ ਕਾਂਗਰਸ ਪਾਰਟੀ ਨੂੰ ਖਮਿਆਜਾ ਭੁਗਤਣਾ ਪਵੇਗਾ ਅਤੇ ਉਹ ਵਿਰੋਧ ਲਗਾਤਾਰ ਕਰਦੇ ਰਹਿਣਗੇ। ਇਹ ਸਰਕਾਰ ਹੈ ਜਿਹੜੀ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ। ਜ਼ਿਮੀਂਦਾਰਾਂ ਦਾ 74,46,00,000 ਰੁਪਈਆ ਇਸ ਟਾਈਮ ਭਗਵਾਨਪੁਰਾ ਸ਼ੂਗਰ ਮਿਲ ਕੇ ਨਹੀਂ ਖੜ੍ਹਾ। ਜ਼ਿਮੀਂਦਾਰ ਲਗਾਤਾਰ 3 ਮਹੀਨਿਆਂ ਤੋਂ ਆਪਣਾ ਸੰਘਰਸ਼ ਲੜਦੇ ਆ ਰਹੇ ਨੇ, ਅਜੇ ਤੱਕ ਸਾਨੂੰ ਕੋਈ ਪੈਸੇ ਦੇਣ ਦੀ ਹਾਂ ਨਹੀਂ ਕਰ ਰਹੇ। ਪਹਿਲਾਂ MLA ਧੂਰੀ ਨੇ ਸਮਝੌਤਾ ਕਰਾਇਆ, ਉਹ 'ਤੇ ਉਹ ਪੂਰਨਾ ਉਤਰੇ। ਫਿਰ DC ਸਾਹਿਬ ਦੇ ਹੋਇਆ ਵੀ ਅਗਲੇ ਹਫ਼ਤੇ ਪੇਮੈਂਟ ਆਉਂਗੇ, ਉਹਦੇ ਪੂਰਨਾ ਉਤਰੇ। ਹੁਣ ਅਸੀਂ ਕੇਵਲ ਸਿੰਘ ਢਿੱਲੋਂ ਦਾ ਵਿਰੋਧ ਕਰ ਰਹੇ ਹਾਂ ਵੀ ਜੇ ਸਾਨੂੰ ਪੈਸੇ ਦਵਾਵੇ ਤਾਂ ਕੇਵਲ ਢਿੱਲੋਂ ਹੀ ਦਵਾ ਸਕਦਾ, ਹੋਰ ਕੋਈ ਪੈਸੇ ਨਹੀਂ ਦਵਾ ਸਕਦਾ। ਪਰ ਅੱਜ ਅਸੀਂ ਕੇਵਲ ਢਿੱਲੋਂ ਦੇ ਇੱਧਰ ਭਵਾਨੀਗੜ੍ਹ ਏਰੀਏ ਦੇ ਵਿੱਚ ਪ੍ਰੋਗਰਾਮ ਰੱਖੇ ਹੋਏ ਸੀ, ਅਸੀਂ ਉਹਨਾਂ ਨੂੰ ਰੋਸ ਪ੍ਰਗਟ ਕਰਨ ਆਏ ਤੇ, ਪਰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਉੱਧਰ ਨਹੀਂ ਜਾਣ ਦਿੱਤਾ ਹੈ। ਪਰ ਅਸੀਂ ਦੁਖੀ ਹੋ ਕੇ ਅੱਜ ਧੁੱਪ ਦੀ ਇਹ ਸੜਕ ਜਾਮ ਕੀਤੀ ਹੈ। ਇਹ ਸੰਘਰਸ਼ ਇਸੇ ਤਰ੍ਹਾਂ ਅਜੇ ਜਿੰਨਾ ਟਾਈਮ ਹੋ ਸਕਿਆ ਅਸੀਂ ਜਾਰੀ ਰੱਖਾਂਗੇ। ਜੇ ਕੇਵਲ ਢਿੱਲੋਂ ਪੈਸੇ ਦਵਾਉਣ ਦਾ ਫਿਰ ਉਹਨਾਂ ਨੂੰ ਵੋਟਾਂ ਪਾਉਂਗੇ ਜਾਂ ਕੀ? ਫਿਰ ਅਸੀਂ ਵਿਚਾਰ ਕਰਾਂਗੇ, ਜੇ ਸਾਨੂੰ ਪੈਸੇ ਦਵਾਉਂਦਾ ਸੀ ਉਹਨਾਂ ਨੂੰ ਵੋਟਾਂ ਪਵਾ ਦੇਵਾਂਗੇ, ਅਸੀਂ ਆਪ ਵੀ ਉਹਨਾਂ ਦੀ ਅੱਗੇ ਡਿਊਟੀ ਪਾ ਦੇਵਾਂਗੇ। ਕੜਾਕੇ ਜਿਹੜੀ ਗਰਮੀ ਪੈ ਰਹੀ ਹੈ ਜੀ, ਘਰੇ ਵੀ ਅਸੀਂ ਕਿਹੜਾ AC ਲਾਉਣ ਯੋਗ ਰਹੀ, ਪੈਸਾ ਸਾਡੇ ਕੋਲ ਹੈ ਨਹੀਂ, ਜਿੰਨਾ ਗੰਨਾ ਅਸੀਂ ਸਿੱਟਤਾ ਪੈਸਾ ਸਾਨੂੰ ਕੋਈ ਮਿਲਿਆ ਨਹੀਂ। ਸਰਕਾਰ ਸਾਡੇ ਨਾਲ ਵਾਅਦੇ ਕਰ ਮੁੱਕਰ ਰਹੀ ਹੈ। ਕੈਪਟਨ ਸਾਹਿਬ ਇੱਕ ਪਾਸੇ ਦਾ ਗੁਟਕਾ ਸਾਹਿਬ ਫੜ ਕੇ ਕਹਿ ਰਹੇ ਤੇ ਵੀ ਜੱਟਾਂ ਦੇ ਕਰਜ਼ੇ ਮਾਫ਼ ਕਰੂੰਗਾ, ਆੜ੍ਹਤੀਆਂ ਦਾ ਕਰਜ਼ਾ ਵੀ ਮੈਂ ਦੇਊਂਗਾ, ਸਟੈਡੀਆਂ ਦਾ ਕਰਜ਼ਾ ਵੀ ਮੈਂ ਦੇਊਂਗਾ। ਇੱਕ ਪਾਸੇ ਗੰਨੇ ਦੀ ਪੇਮੈਂਟ ਹੈਗੀ, ਸਾਨੂੰ 3 ਮਹੀਨੇ ਹੋ ਗਏ ਸੜਕਾਂ ਦੇ ਰੁੜਦਿਆਂ ਨੂੰ, ਅਸੀਂ ਘਰੇ ਹੁਣ ਠੰਡ 'ਚ ਕਿਵੇਂ ਵੇਜੀ AC ਲਾ ਕੇ ਜੀ? ਪੈਸਾ ਹੈ ਨਹੀਂ, ਬਿੱਲ ਭਰਨ ਸਾਡੇ ਕੋਲ ਪੈਸੇ ਨਹੀਂ, ਅਸੀਂ ਜਵਾਕ ਨੇ ਸਾਡੇ ਸਕੂਲੋਂ ਹਟਾਏ ਪਏ ਬੱਕਾਂ ਦੇ, ਵਧੀਆ ਕਾਲਜਾਂ 'ਚ ਹਟਾ ਸਾਡੇ ਗੰਨੇ ਕਾਸ਼ਤ ਕਰਨ ਜਵਾਕਾਂ ਮਾੜੇ ਕਾਲਜਾਂ 'ਚ ਲਾਤੇ, ਸਾਡੇ ਕੋਲ ਫੀਸ ਭਰਨ ਨੂੰ ਪੈਸੇ ਨਹੀਂ, ਅਸੀਂ ਹੁਣ ਰੋਡਾਂ 'ਤੇ ਬੈਠਾਂਗੇ ਜੀ। ਅਸੀਂ ਤਾਂ ਕੇਵਲ ਢਿੱਲੋਂ ਕੋਲ ਐਤਵੀ ਆਪਦਾ ਦੁੱਖ ਸੁਣਾਵਾਂਗੇ, ਉਹਦਾ ਵਿਰੋਧ ਕਰਾਂਗੇ। ਪ੍ਰਸ਼ਾਸਨ ਸਾਨੂੰ ਅੱਗੇ ਜਾਣ ਨਹੀਂ ਦਿੰਦਾ, ਅਸੀਂ ਤਾਂ ਮਜ਼ਬੂਰੀ ਕਾਰਨ ਅਸੀਂ ਰੋਡ 'ਤੇ ਬੈਠੇ ਹਾਂ। ਇਹ ਫਿਰ ਕਿੰਨੀ ਦੇਰ ਤੱਕ ਰਹੂਗਾ ਜਾਮ ਜੀ? ਜਿੰਨਾ ਕੁ ਸਾਨੂੰ ਕੇਵਲ ਢਿੱਲੋਂ ਮਿਲਣ ਨਹੀਂ ਦਿੰਦੀ, ਅਸੀਂ ਪਿੰਡਾਂ 'ਚ ਉਹਦੇ ਮਗਰ ਜਾਵਾਂਗੇ, ਉਹਦਾ ਵਿਰੋਧ ਕਰਾਂਗੇ। ਅਸੀਂ ਇਲੈਕਸ਼ਨ ਤੱਕ ਵਿਰੋਧ ਕਰਾਂਗੇ। ਜਾਮ ਛੱਡ ਕੇ ਹੁਣ ਪਿੰਡਾਂ ਜਾਓਗੇ? ਪਿੰਡਾਂ ਜਾਵਾਂਗੇ, ਜਦੋਂ ਸਾਨੂੰ ਰਸਤਾ ਮਿਲ ਗਿਆ ਜੀ ਪਿੰਡਾਂ ਨੂੰ, ਉਹੀ ਪਿੰਡਾਂ ਜਾਵਾਂਗੇ ਜੀ। ਜਿੱਦੇ ਕੈਪਟਨ ਸਾਹਿਬ ਹੋਊਗਾ ਅਸੀਂ ਉਹਦੇ ਬਾਹਰ ਰੋਡ ਰੋਕੀਏ, ਚਾਹੇ ਵਿਰੋਧ ਕਰੀਏ, ਅਸੀਂ ਕੈਪਟਨ ਸਾਹਿਬ ਨੂੰ ਹਲਕੇ ਬਣਾ ਦਿੰਦੇ। ਕਿਸਾਨਾਂ ਨਾਲ ਧੋਖਾ ਕਰਨ ਵਾਲੀ ਸਰਕਾਰ ਮੁਰਦਾਬਾਦ। ਕਿਸਾਨਾਂ ਨਾਲ ਧੋਖਾ ਕਰਨ ਵਾਲੀ ਸਰਕਾਰ ਮੁਰਦਾਬਾਦ।